ਮੂਸੇਵਾਲੇ ਦੇ ਗੀਤ ਅਕਸਰ ਲੀਕ ਹੁੰਦੇ ਰਹਿੰਦੇ ਨੇ ਜਿੱਥੇ ਸਿੱਧੂ ਇੰਡਸਟਰੀ ਦਾ ਇੱਕੋ ਇੱਕ ਅਜਿਹਾ ਕਲਾਕਾਰ ਹੈ ਜਿਸ ਦੇ ਸਭ ਤੋਂ ਜ਼ਿਆਦਾ ਗਾਣੇ ਲੀਕ ਹੋਏ ਨੇ ਉੱਥੇ ਇਹ ਵੀ ਇੱਕ ਵੱਡਾ ਸੱਚ ਹੈ ਕਿ ਸਿੱਧੂ ਮੂਸੇਵਾਲੇ ਦੇ ਲੀਕ ਗਾਣੇ ਵੀ ਸੁਪਰ ਡੂਪਰ ਹਿੱਟ ਹੁੰਦੇ ਨੇ ਇੰਨੇ ਜ਼ਿਆਦਾ ਗੀਤ ਲੀਕ ਹੋਣ ਦੇ ਬਾਵਜੂਦ ਵੀ ਮੂਸੇਵਾਲੇ ਕੋਲ ਗਾਣਿਆਂ ਦੀ ਕੋਈ ਕਮੀ ਨਹੀਂ ਹੈ ਸ਼ਾਇਦ ਇਸੇ ਕਰਕੇ ਸਿੱਧੂ ਮੂਸੇਵਾਲੇ ਦੇ ਫੈਨ ਉਹਨਾਂ ਨੂੰ ਪਿਆਰ ਦੇ ਨਾਲ ਗੀਤਾਂ ਦੀ ਤੋਪ ਕਹਿੰਦੇ ਨੇ ਲੇਟੈਸਟ ਅਪਡੇਟ ਇਹ ਹੈ ਕਿ ਮੂਸੇਵਾਲੇ ਦਾ ਇੱਕ ਹੋਰ ਨਵਾਂ ਗਾਣਾ ਰਿਲੀਜ਼ਿੰਗ ਤੋਂ ਪਹਿਲਾਂ ਹੀ ਲੀਕ ਹੋ ਗਿਆ ਇਸ ਤੋਂ ਪਹਿਲਾਂ ਕਿ ਤੁਹਾਨੂੰ ਇਸ ਲੀਕ ਗਾਣੇ ਦੀ ਇੱਕ ਝਲਕ ਵੱਲ ਲੈ ਕੇ ਚੱਲੀਏ ਇਹ ਜ਼ਰੂਰ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਕੀ ਲੱਗਦਾ ਹੈ ਸਿੱਧੂ ਮੂਸੇਵਾਲੇ ਦੇ ਗੀਤ ਕਿਵੇਂ ਲੀਕ ਹੁੰਦੇ ਨੇ ਅਤੇ ਕੌਣ ਲੀਕ ਕਰਦਾ ਜੇਕਰ ਤੁਹਾਨੂੰ ਇਹ ਗੀਤ ਵਧੀਆ ਲੱਗਿਆ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਅੱਗੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰ ਦੇਣਾ ਅਤੇ ਸਿੱਧੂ ਮੂਸੇਵਾਲੇ ਦੇ ਰੀਸੈਂਟਲੀ ਰਿਲੀਜ਼ ਹੋਏ ਗਾਣੇ ਟਿੱਬਿਆਂ ਦਾ ਪੁੱਤ ਅਤੇ ਗਵਾਚਿਆ ਗਰਬਖਸ਼ ਇਹ ਤੁਹਾਨੂੰ ਕਿਵੇਂ ਲੱਗੇ ਅਤੇ ਤੁਸੀਂ ਇਹਨਾਂ ਗਾਣਿਆਂ ਨੂੰ ਦਸਾਂ ਦੇ ਵਿੱਚੋਂ ਕਿੰਨੇ ਨੰਬਰ ਦੇਵੋਗੇ ਇਹ ਵੀ ਜ਼ਰੂਰ ਦੱਸਣਾ ਹੋਰ ਨਵੀਆਂ ਵੀਡੀਓਜ਼ ਦੇ ਲਈ ਦੇਖਦੇ ਰਹੋ ਲਿਮਿਟਡ ਗਿਆਨ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਜ਼ਰੂਰ ਔਨ ਕਰ ਲੈਣਾ ਤਾਂ ਕਿ ਸਾਡੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ ਸੋ ਆਓ ਹੁਣ ਤੁਹਾਨੂੰ ਲੈ ਚੱਲੀਏ ਸਿੱਧੂ ਮੂਸੇਵਾਲੇ ਦੇ ਨਵੇਂ ਲੀਕ